ਮੇਰਾ ਨਾਮ ਸ਼ਰਨਜੀਤ ਕੌਰ ਆ, ਪਿੰਡ ਸਾਡਾ ਥੋਥੀਆਂ। ਅੱਛਾ, ਕੀ ਅੱਜ ਮਾਮਲਾ? ਮੇਰਾ ਸਰਦਾਰ ਰਮਿੰਦਰ ਸਿੰਘ ਮੇਰੇ ਘਰ ਵਾਲੇ ਦਾ ਨਾਮ ਸੀ, ਜਿਹੜਾ ਸੰਦੀਪ ਕੌਰ ਨੇ ਉਹਦਾ ਐਕਸੀਡੈਂਟ ਰੋਡ ਕੀਤਾ ਸੀ। ਇੱਕ ਉਹਨਾਂ ਨਾਲ, ਇੱਕ ਉਹਨਾਂ ਨਾਲ ਪੰਮਾ ਸਿੰਘ ਸੀ, ਇੱਕ ਉਹਨਾਂ ਦੇ ਨਾਲ ਮਨਜੀਤ ਸਿੰਘ ਸੀ। ਇਹਨਾਂ ਤਿੰਨਾਂ ਜਾਣਿਆਂ ਦਾ ਉਹਨਾਂ ਨੇ ਰੋਡ ਦੇ ਉੱਪਰ ਰੋਡ ਤੋਂ ਫੜਾ ਹੋਏ ਸੀ, ਤੇ ਉਹਨਾਂ ਦੇ ਐਕਸੀਡੈਂਟ ਨਾਲ ਇਹਨੇ ਕੀਤਾ। ਫਿਰ ਇਹ ਉੱਥੇ ਗੱਡੀ ਛੱਡ ਆਈ ਆ, ਗੱਡੀ ਦੇ ਵਿੱਚ ਇਹਦੀ ਸਮੈਕ, ਇਹਦੀਆਂ ਦੋ ਚਾਰ ਚੀਜ਼ਾਂ ਹੋਰ ਵੀ ਉੱਥੇ ਨਿਕਲੀਆਂ ਆਈਆਂ, ਇਹ ਉੱਥੇ ਭੰਗੌੜੀ ਹੋ ਗਈ ਆ। ਸਾਡਾ ਸਾਢੇ ਚਾਰ ਸਾਲ 8 ਮਹੀਨੇ ਹੋ ਗਏ ਸਾਡਾ ਕੇਸ ਚੱਲਦਿਆਂ ਪਿਆ ਨੂੰ, ਇਹਨੇ ਸਾਨੂੰ ਅੱਜ ਤੱਕ ਨਹੀਂ ਸਾਨੂੰ ਮਿਲੇ। ਅੱਜ ਅਸੀਂ ਵਾਰੰਟ ਲੈ ਕੇ ਇੱਥੇ ਇਸ ਪਿੰਡ ਵਿੱਚ ਆਏ ਹੋਏ ਹਾਂ। ਤੁਹਾਡੇ ਕੋਲ ਅਦਾਲਤੀ ਵਾਰੰਟ ਹੈ? ਹਾਂਜੀ ਹਾਂਜੀ। ਤੇ ਤੁਹਾਡੇ ਦਿਲ ਜਾਮ ਹੈ, ਤੁਸੀਂ ਉਹਦੀ ਕੁੱਟਮਾਰ ਕੀਤੀ? ਮੈਂ ਕੋਈ ਕੁੱਟਮਾਰ ਨਹੀਂ ਕੀਤੀ, ਮੈਂ ਇੰਨਾ ਜ਼ਰੂਰ ਵਾ ਕਿ ਜਿਸ ਤਰ੍ਹਾਂ ਉਹ ਦੀਦੀਆਂ ਸੀ, ਦੀਪ ਭਾਜੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਗੱਡੀ 'ਚ ਬਿਠਾਓ, ਮੈਂ ਨਾਲ ਗੱਡੀ 'ਚ ਬਿਠਾਇਆ। ਨਹੀਂ, ਉਹ ਤਾਂ ਪੁਲਿਸ ਦੀ ਡਿਊਟੀ ਬਣਦੀ ਹੈ ਨਾ, ਪੁਲਿਸ ਆਪਣੀ ਕਾਰਵਾਈ ਕਰ ਸਕਦੀ ਨਾ ਕਿ ਤੁਸੀਂ ਇਹ ਕਰ ਦੋ। ਨਾਲ ਬਿਠਾਓ, ਅਸੀਂ ਨਾਲ ਬਿਠਾਇਆ, ਮੈਂ ਕੋਈ ਕੁੱਟ ਮਾਰ ਨਹੀਂ ਇਹਨਾਂ ਦੇ ਨਾਲ। ਮੈਂ ਮੌਕੇ ਦੇ ਗਵਾਹ, ਮੈਂ ਤਾਂ ਕਦੇ ਖੁਦ ਦੇਖਿਆ ਨਹੀਂ। ਦੇਖੋ, ਰਗੜਾ ਲੱਗੀਆਂ ਹੋਈਆਂ। ਬਸ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਬਾਕੀ ਜੋ ਮਰਜ਼ੀ ਬਣਾਈ ਜਾਓ। ਅੱਜ ਕੀ ਤੁਹਾਡਾ ਨਾਮ, ਜਿਹੜੀ ਘਟਨਾ ਵਾਪਰੀ, ਕੀ ਹੈ ਪੂਰਾ ਮਾਮਲਾ? ਇਹ ਘਟਨਾ ਜੀ 5 ਸਾਲ ਪਹਿਲਾਂ ਮੇਰਾ ਐਕਸੀਡੈਂਟ ਹੋਇਆ ਸੀਗਾ। ਤੁਹਾਡੀ ਗੱਡੀ ਨਾਲ? ਹਾਂਜੀ, ਮੇਰੀ ਗੱਡੀ ਦਾ ਐਕਸੀਡੈਂਟ ਹੋਇਆ ਸੀ, ਉਹਦੇ ਨਾਲ ਮਤਲਬ ਕਿ 3 ਬੰਦਿਆਂ ਦੀ ਡੈਥ ਹੋਈ ਸੀ, ਤੇ ਉਹ ਰਾਜੀ ਕੋਰਟ 'ਚ ਚੱਲ ਰਿਹਾ ਸੀ ਕੇਸ, ਤੇ ਰਾਜੀਨਾਮਾ ਹੋ ਚੁੱਕਾ ਸੀ। ਮੇਰੀ ਇੰਸ਼ੋਰੈਂਸ ਨੇ, ਜਿੱਦਾਂ ਗੱਡੀ ਦੀ ਇੰਸ਼ੋਰੈਂਸ ਸੀ, ਉਹਨਾਂ ਨੇ 3 ਬੰਦਿਆਂ ਨੂੰ 13 ਲੱਖ ਰੁਪਈਆ ਦੇ ਦਿੱਤਾ, ਤੇ ਹੁਣ 5 ਸਾਲ ਬਾਅਦ ਇਹ ਬੰਦੇ ਜਿਹੜੇ ਆਏ ਆ ਸਹਿਤ, ਦੋ ਜਣੇ ਆ ਕੇ, ਤਾਂ ਆ ਕੇ ਮੈਨੂੰ ਇਹ ਪਹਿਲਾਂ ਧੋਖੇ ਨੇ, ਪਹਿਲਾਂ ਇਹਨਾਂ ਥੱਲੇ ਬੁਲਾ ਕੇ ਤੇ ਮੈਨੂੰ ਜ਼ਬਰਦਸਤੀ ਫੜ ਕੇ ਧੂ ਕੇ ਗੱਡੀ 'ਚ ਸਿੱਟਣ ਲੱਗ ਪਏ, ਤੇ ਨਾਲੇ ਮੇਰੇ ਮਾਰਿਆ ਇਹਨਾਂ ਨੇ, ਮੇਰੀ ਗੱਲ ਵੀ ਨਹੀਂ ਸੁਣੀ। ਮੈਂ ਉਹ ਤਾਂ ਮੈਂ ਰੌਲਾ ਪਾਇਆ ਤੇ ਬਿਲਕੁਲ, ਫਿਰ ਇਕੱਠੇ ਹੋਏ ਸਾਰੇ, ਤੇ ਫਿਰ ਮੇਰੇ ਮੰਮੀ ਡੈਡੀ ਨੂੰ ਬੁਲਾਇਆ ਗਿਆ, ਤੇ ਫਿਰ ਮੈਨੂੰ ਬਾਹਰ ਕੱਢਿਆ, ਮੈਨੂੰ ਧੱਕੇ ਨਾਲ ਹੀ ਮਤਲਬ ਵਿੱਚ ਪਾ ਕੇ ਤੇ ਲੈ ਚੱਲੇ ਸੀਗੇ। ਪੁਲਿਸ ਕੋਲ ਕੋਈ ਅਦਾਲਤੀ ਹੁਕਮ ਹੈ? ਅੱਜ 171 ਦਾ ਪਰਚਾ ਦੇ ਦੂੰਗਾ ਤੇਰੇ ਤੇ, ਜੇ ਕਿਹਾ ਕੁਛ ਨਹੀਂ। ਅੱਜ ਪੁਲਿਸ ਕੋਲ ਜੋ ਅਦਾਲਤੀ ਹੈ, ਕੁਛ ਨਹੀਂ, ਕੁਛ ਵੀ ਨਹੀਂ ਹੈਗਾ, ਇੱਕ ਵੀ ਪੇਪਰ ਨਹੀਂ। ਇਹ ਪੁਰਾਣਾ, ਉਹ ਵੀ ਫੋਨ ਤੇ ਦਿਖਾ ਰਹੇ ਆ, ਉਹ ਵੀ 8ਵੇਂ ਮਹੀਨੇ ਦਾ ਪੁਰਾਣਾ। ਕੋਈ ਪੁਲਿਸ ਦੇ ਨਾਲ ਕੁਝ ਸਿਵਲ ਬੰਦੇ ਸੀ ਜਿਨ੍ਹਾਂ? ਹਾਂਜੀ, 3 ਬੰਦੇ, ਇੱਕ ਲੇਡੀ ਸੀ ਤੇ 2 ਨਾਲ ਮੁੰਡੇ ਸੀਗੇ ਉਹਦੇ। ਉਹਨਾਂ ਨੂੰ ਵੀ ਤੁਹਾਡੇ ਤੇ ਕੋਈ ਮਾਰ ਕੁਟਾਈ ਕੀਤੀ? ਹਾਂਜੀ, ਉਹਨਾਂ ਦੇ ਨਾਲ ਲੱਗ ਕੇ, ਉਹਨਾਂ ਨੇ ਨਾਲ ਲੱਗ ਕੇ, ਤੇ ਇਹ ਨਾਲ ਲੱਗੇ ਹੋਏ ਸੀ, ਤੇ ਮੈਂ ਆ ਜਿਹੜੀਆਂ 2 ਜਿਹੜੀਆਂ ਮੈਡਮਾਂ, ਇਹਨਾਂ ਤਿੰਨਾਂ ਨੇ ਮਾਰਿਆ ਮੇਰੇ, ਤੇ ਨਾਲ ਉਹ ASI ਨੇ ਵੀ ਮਾਰਿਆ। ਆ ਦੇਖੋ, ਮੇਰਾ ਮੂੰਹ ਸਾਰਾ ਸੁੱਕਿਆ ਪਿਆ, ਆ ਮੇਰਾ ਗੁੱਲ ਵੀ ਪਾਟ ਗਿਆ ਸਾਰਾ। ਕੀ ਮੰਗ ਕਰਦੇ ਪ੍ਰਸ਼ਾਸਨ? ਮੈਂ ਇਹੀ ਮੰਗ ਕਰਦੀ ਹਾਂ ਵੀ ਇਹਨਾਂ ਪ੍ਰਸ਼ਾਸਨ ਕੋਲੋਂ ਵੀ ਮੈਨੂੰ ਐਟਲੀਸਟ ਇਹਨਾਂ ਲੋਕਾਂ ਨੂੰ ਸਸਪੈਂਡ ਕੀਤਾ ਜਾਵੇ, ਇਹੋ ਜਿਹਿਆਂ ਨੂੰ, ਜਿਹੜੇ ਇਹਨਾਂ ਨੂੰ ਕੋਈ ਨਿਆਂ ਸਾਨੂੰ ਮਿਲਣਾ ਚਾਹੀਦਾ, ਬਿਨਾਂ ਕਿਸੇ ਮਤਲਬ ਤੋਂ ਹੀ, ਕਿੱਦਾਂ ਕਿਸੇ ਤੇ ਹੱਥ ਚੁੱਕ ਸਕਦੇ ਆ ਕਿ ਇਹਨਾਂ ਨੂੰ ਮਰਜ਼ੀ ਪਾ ਕੇ ਇੰਨੀ ਫੁੱਲ ਮਿਲੀ ਹੋਈ ਆ ਵੀ ਜਿੱਥੇ ਮਰਜ਼ੀ ਜਾ ਕੇ ਆਪ ਚੁੱਕ ਲੈਣਗੇ। ਇੱਕ ਪੜ੍ਹੀ ਲਿਖੀ ਕੁੜੀ ਆ ਮੈਂ, ਕੋਈ ਅਨਪੜ੍ਹ ਥੋੜ੍ਹੀ ਆ, ਅਨਪੜ੍ਹ ਤੇ ਵੀ ਨਹੀਂ ਬਣਦਾ ਜੀ ਇੱਦਾਂ। ਤੁਸੀਂ ਜਿਹੜਾ ਤੁਹਾਡਾ ਕੋਰਟ ਦੇ ਵਿੱਚ ਕੇਸ ਵਿਚਾਰ ਅਧੀਨ ਆ, ਤੁਸੀਂ ਉਹਦੀ ਮਤਲਬ ਪੇਸ਼ ਹੋ ਰਹੇ ਹੋ? ਨਹੀਂ, ਮੇਰੇ ਕੋਲ ਐਬਸੈਂਟਸ ਲੱਗੀਆਂ ਸੀ, ਤੇ ਮੈਂ ਕਿਸੇ ਹੋਰ ਕੇਸ ਦਾ ਕਰਕੇ ਬਾਹਰ ਸੀਗੀ, ਉਹਦਾ ਕਰਕੇ ਮੇਰੀਆਂ ਐਬਸੈਂਟ ਲੱਗ ਗਈਆਂ, ਤੇ ਮੇਰੇ ਵਕੀਲ ਨੇ ਕੇਸ ਲਾਇਆ ਆ, ਉਹ ਬਾਹਰੋਂ ਬਾਹਰ ਜਮਾਨਤ ਹੋਣੀ ਆ। ਇਹ ਤਾਂ ਧੱਕੇ ਨਾਲ, ਨਾ ਇਹਨਾਂ ਕੋਈ ਵਾਰੰਟ ਹੈ, ਨਾ ਕੁਛ ਵੀ ਨਹੀਂ, ਇਹ ਉਹ ਸਿਰਫ ਉਹ ਮੈਡਮ ਜੀ ਇਹਨਾਂ ਨੂੰ ਨਾਲ ਲੈ ਕੇ ਆ ਗਈ, ਤਾਂ ਮੈਨੂੰ ਧੱਕੇ ਨਾਲ ਚੱਕ ਕੇ ਵਿੱਚ ਪਾ ਲਿਆ। ਉਹ ਵੀ ਇਸ ਕਰਕੇ ਵੀ ਪੈਸੇ ਉਹਨਾਂ ਨੂੰ ਮਿਲੇ ਆ, ਪੈਸੇ ਲੈ ਕੇ ਖਾ ਕੇ, 13 ਲੱਖ ਰੁਪਈਆ ਇਸ ਬੀਬੀ ਨੇ ਲਿਆ ਆ, 13 ਲੱਖ ਲੈ ਕੇ ਖਾ ਕੇ, ਤੇ ਹੁਣ ਫਿਰ ਦੁਬਾਰਾ 4 ਸਾਲ ਬਾਅਦ ਮੇਰੇ ਦੁਆਲੇ। ਆ ਦੇਖੋ, ਮੇਰਾ ਬੁੱਲ ਵੀ ਪਾੜ ਦਿੱਤਾ ਇਹਨਾਂ ਨੇ। ਕੁੱਲ ਕਿੰਨੇ ਲੋਕਾਂ ਨੇ ਤੁਹਾਡੀ ਕੁੱਟਮਾਰ ਕੀਤੀ ਹੈ? 3 ਜਣੇ ਪੁਲਿਸ ਵਾਲੇ ਸੀ ਤੇ 2 ਜਣੇ, 5 ਜਣੇ।
ਹਾਂਜੀ ਸਰ, ਕੀ ਨਾਮ ਤੁਹਾਡਾ? ਕਿਹੜੇ ਠਾਣੇ ਨਾਲ ਸੰਬੰਧਿਤ ਤੁਸੀਂ? ਇੱਥੇ ਨੂਰਪੁਰ ਜਨੂਹਾਂ ਆਏ ਆ ਤੁਸੀਂ, ਕੀ ਪੂਰਾ ਮਾਮਲਾ? ਕਿਸ ਮਾਮਲੇ ਦੇ ਵਿੱਚ? ਓਕੇ, ਤੇ ਤੁਹਾਡੇ ਕੋਲ ਅਦਾਲਤੀ ਹੁਕਮ ਆ? ਹਾਂਜੀ ਹਾਂਜੀ। ਤੇ ਤੁਸੀਂ ਲੋਕਲ ਜਿਹੜੀ ਪੁਲਿਸ ਆ ਉਹਨੂੰ ਕਿਉਂ ਨਹੀਂ ਨਾਲ ਜਾ ਕੇ ਲੈ ਕੇ ਜਾਵਾਂਗੇ ਤੇ ਫਿਰ ਦਵਾਂਗੇ? ਨਹੀਂ, ਇਸ ਤੋਂ ਪਹਿਲਾਂ ਜਦੋਂ ਆਉਣ ਤੋਂ ਪਹਿਲਾਂ ਪੁਲਿਸ ਜਿਹੜੀ ਲੋਕਲ ਪੁਲਿਸ ਆ ਉਹਨੂੰ ਸੂਚਨਾ ਦੇਣੀ ਹੁੰਦੀ ਆ, ਬਾਅਦ ਚ ਅਸੀਂ ਦੇਣੀ ਜਾ ਕੇ ਜਦੋਂ ਇਹਨਾਂ ਨੂੰ ਲੈ ਗਏ। ਤੇ ਤੁਹਾਡੇ ਤੇ ਕੁੱਟਮਾਰ ਦੇ ਵੀ ਇਲਜ਼ਾਮ ਆ ਵੀ ਤੁਹਾਡੇ ਵੱਲੋਂ ਕੁੱਟਮਾਰ ਕੀਤੀ ਗਈ ਆ? ਕਿਹਨਾਂ ਤੁਹਾਡੇ ਤੇ ਕੁੱਟਮਾਰ ਦੇ ਪਰਿਵਾਰ ਇਲਜ਼ਾਮ ਲਾ ਰਿਹਾ, ਕੀ ਕਹਿਣਾ ਤੁਹਾਡਾ? ਸਾਡੇ ਹੱਥੀ ਪੈਣ ਰਹੀ ਆ, ਅੱਗਿਓਂ ਨਹੀਂ ਜਾਣ ਰਹੀ, ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਰਹੀ। ਅਗਲੀ ਕਾਰਵਾਈ ਕੀ ਕਰ ਰਹੇ ਤੁਸੀਂ? ਇਹਨਾਂ ਨੂੰ ਲੈ ਕੇ ਜਾਵਾਂਗੇ ਤੇ ਅਦਾਲਤ ਮਾਜੂ ਅਦਾਲਤ ਵਿੱਚ ਪੇਸ਼ ਕਰਾਂਗੇ।